बहुत बढ़िया दी, बहुत बढ़िया दी। कितना लगी? बहुत बढ़िया लगी, बहुत बढ़िया दी, बहुत बढ़िया। कॉमेडी भी देखी? हाँ जी हाँ जी, बहुत कैंट एक्टिंग है जी, 10 to 10 ही देवांगे आपां। बहुत बढ़िया लगी मूवी, बढ़िया सी, बहुत बढ़िया जी, बहुत बढ़िया। ठीक है जी, सरा ही सरा बढ़िया सी, बढ़िया बढ़िया, पर स्टोरी इतनी बढ़िया नहीं है। बढ़िया सी फिल्म, बहुत बढ़िया, बहुत बहुत बढ़िया जी, बहुत बढ़िया। बहुत बढ़िया, बहुत बढ़िया लगी। कितना लगी सर फिल्म? बढ़िया सी मूवी, एंटरटेनमेंट सी, काफी बढ़िया लग गया देख के। जो सोचा सी उन्ना नहीं सी बट फिर भी ठीक सी, बहुत बढ़िया सी। नहीं स्टार तो पूरे दे देंगे, साड़ी पंजाबी मूवी है, स्टार पूरे देवांगे। 5 to 2 मैं कहा 5 to 10 ही ले लो। भोला इज द बेस्ट, वधिया है, चंगा स्टार्ट किया उन्हें। पहला छोटी उहदे ते सीगा, हुण मेन उहते लगला पिया फिल्म करन, चंगी गल है। मैं तो यही कहूँगा भी उहदे लई गिट कीप इट अप, वधिया करे। कंसैप्ट हाँ कंसैप्ट बढ़िया, बड़ा वधिया सी, बट चलो कंसैप्ट दे नाल नाल थोड़ा जिहा स्टोरी भी ठीक सी, बैटर हो सकती सी होर जे कोई चंगा डायरेक्ट करदा नूं। बाकी गुड सी, वधिया सी, मैं बहुत वधिया लगी अपन स्टोरी, वधिया कंसैप्ट सी, बस उहदी एक्टिंग बहुत वधिया लगी। भोले दी भोला बेस्ट है, वधिया एक्टिंग सीगी उहदी, पहली मूवी सी, बहुत वधिया कीता उहने जिन्ने वी है, बहुत एक्टर लाया। ठीक सी जिहड़ा उहने स्टोरी च दस्सिया सी, उह सब कुछ ठीक सी भी, इदां जिवें ना रिक्वायर करके भी बिजनेस सारा कुछ इदां कर जी जी रियलिटी है सारा जी। 5 star ਰਹੀ ਹਾਂ ਜੀ ਮੈਂ। ਠੀਕ, ਕਿੱਦਾਂ ਲੱਗੀ ਹੋਈ ਫਿਲਮ? ਬਹੁਤ ਫਿਲਮ ਵਧੀਆ ਸੀਗੀ, ਦੇਖਣੀ ਚਾਹੀਦੀ, ਫੈਮਿਲੀ ਵਾਲੀ ਫਿਲਮ ਹੈ, ਵਧੀਆ ਮੂਵੀ ਹੈ, ਹਸਮੁਖ ਮੂਵੀ ਹੈ, ਇਦਾਂ ਦਾ ਕੁਝ ਨਹੀਂ ਹੈਗਾ ਮੂਵੀ 'ਚ, ਬਹੁਤ ਹੀ ਘੈਂਟ ਮੂਵੀ ਹੈ, ਹਾਸੀ ਮਜ਼ਾਕ ਵਾਲੀ ਫੈਮਿਲੀ ਵਾਲੀ ਮੂਵੀ ਹੈ। ਕਹਾਣੀ ਠੀਕ ਓਕੇ ਹੈ, ਕਿਉਂਕਿ ਅੱਜ ਕੱਲ੍ਹ ਸਾਰੇ ਤੁਹਾਨੂੰ ਪਤਾ ਹੀ ਹੈ, ਲੈਂਡ ਸਾਰੀ ਵਿਕਾਊ ਹੋਈ ਜਾ ਰਹੀ ਹੈ, ਖੇਤ ਖਤਮ ਹੋਈ ਜਾ ਰਹੇ ਆ, ਪਿੰਡਾਂ 'ਚ ਪਿੰਡਾਂ ਸਾਰੀ ਖਤਮ ਹੋ ਰਹੀ, ਬਿਲਡਿੰਗਾਂ ਹੀ ਬਣੀ ਜਾ ਰਹੀਆਂ ਹੈ, ਤਾਂ ਚਾਹੀਦਾ ਹੈ ਹੁਣ ਆਪਾਂ ਨੂੰ ਥੋੜ੍ਹਾ ਜਿਹਾ ਜਾਗਰੂਕ ਹੋਣਾ ਚਾਹੀਦਾ ਜੀ। ਨਹੀਂ ਮੈਮ ਬਹੁਤ ਹੀ ਵਧੀਆ ਮੂਵੀ ਹੈ, ਭੋਲੇ ਨੇ ਇਸ ਬਾਰੇ ਵਧੀਆ ਦੱਸਿਆ ਹੋਇਆ ਹੈ, ਜ਼ਮੀਨ ਜ਼ਮੂਨ ਨਹੀਂ ਵੇਚਣੀ ਚਾਹੀਦੀ ਆਪਾਂ ਨੂੰ। ਹਾਂਜੀ ਓਕੇ ਮੈਮ, ਇਹੀ ਲੱਗਿਆ ਜੀ, ਹੋਣਾ ਚਾਹੀਦਾ ਆਪਾਂ ਨੂੰ ਹੁਣ ਥੋੜ੍ਹਾ ਜਿਹਾ ਜਾਗਰੂਕ ਹੋਣਾ ਚਾਹੀਦਾ, ਪਿੰਡ ਜ਼ਰੂਰੀ ਹੈ, ਪਿੰਡ ਬਚਾਉਣੇ ਚਾਹੀਦੇ ਆ। ਭੋਲੇ ਵਾਸਤੇ ਕੀ ਕਹੋਗੇ? ਬਹੁਤ ਵਧੀਆ ਐਕਟਿੰਗ ਕੀਤੀ ਹੈ ਸਰ ਨੇ, ਮੈਂ ਕਹੂੰਗਾ ਮਾਲਕ ਚੜ੍ਹਦੀ ਕਲਾ ਰੱਖੇ ਜੀ, 5 to 5 ਹੈ। ਬਹੁਤ ਵਧੀਆ ਮੂਵੀ ਹੈ, ਬਹੁਤ ਉਹਨਾਂ ਦੀ ਐਕਟਿੰਗ ਔਸਮ ਹੈ, ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ। 5 to 5 ਦੋਂਗੇ। ਸੋ ਓਏ ਭੋਲੇ ਓਏ ਫਿਲਮ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਆਪਣੇ ਰਿਵਿਊ ਸਾਡੇ ਨਾਲ ਸਾਂਝੇ ਕੀਤੇ ਨੇ, ਭੋਲੇ ਦੀਆਂ ਕਾਫੀ ਯਾਨੀ ਕਿ ਜਗਜੀਤ ਸੰਧੂ ਦੀਆਂ ਕਾਫੀ ਤਾਰੀਫਾਂ ਹੋਈਆਂ ਨੇ, ਸਟੋਰੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ, ਕਨਸੈਪਟ ਕਾਫੀ ਪਸੰਦ ਆ ਰਿਹਾ, ਬਾਕੀ ਰਿਵਿਊਜ਼ ਤੁਸੀਂ ਵੇਖੇ ਨੇ ਕਿ ਕਿਵੇਂ ਸਭ ਕਹਿ ਰਹੇ ਨੇ ਕਿ ਫੈਮਿਲੀ ਫਿਲਮ ਹੈ, ਕਾਮੇਡੀ ਵੀ ਹੈ, ਐਂਟਰਟੇਨਮੈਂਟ ਵੀ ਹੈ, ਅਤੇ ਸਪੈਸ਼ਲੀ ਜਿਹੜਾ ਮੈਸੇਜ ਦਿੱਤਾ ਗਿਆ ਡਿਵਲਪਮੈਂਟ ਨੂੰ ਲੈ ਕੇ, ਅਤੇ ਜਿਹੜੇ ਪਿੰਡਾਂ ਦੀ ਜਿਹੜੀ ਜ਼ਮੀਨ ਐਕਵਾਇਰ ਹੋ ਰਹੀ ਹੈ ਜਾਂ ਫਿਰ ਉਸ ਚੀਜ਼ ਦਾ ਜੋ ਕਹਿ ਲਈਏ ਕਿ ਇੱਕ ਅੰਧਾ ਤੋਂ ਡਿਵਲਪਮੈਂਟ ਕੀਤੀ ਜਾ ਰਹੀ ਹੈ, ਬਿਲਡਿੰਗਸ ਬਣਾਈਆਂ ਜਾ ਰਹੀਆਂ ਨੇ, ਸੋ ਉਸ ਦੇ ਰਿਲੇਟਡ ਜਿਹੜਾ ਕੋਨਸੈਪਟ ਦੇ ਨਾਲ ਰਿਲੇਟਡ ਮੈਸੇਜ ਦਿੱਤਾ ਗਿਆ ਬੜਾ ਪਿਆਰਾ ਹੈ। ਸੋ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਫਿਲਮ ਓਏ ਭੋਲੇ ਓਏ, ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦੇ ਇਜਾਜ਼ਤ, ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ, ਧੰਨਵਾਦ।